ਸਤਿਸ਼੍ਰੀਕਾਲ ਸੁਰੇਸ਼, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਬਹੁਤ ਅੱਛਾ ਮੈਮ, ਬਹੁਤ ਅੱਛਾ। ਸੇਵਾ ਚ ਲੱਗੇ ਹੋਏ ਸ਼ਹਿਰ ਦੀ ਬਾਤ ਕਰ ਰਹੇ ਹਾਂ ਮੈਮ। ਬਹੁਤ ਵਧੀਆ ਸੇਵਾ ਕਰ ਰਹੇ ਹੋ, ਇਸ ਕਰਕੇ ਤੁਹਾਡੇ ਤੁਹਾਡੀ ਸਾਰੀ ਟੀਮ ਦੇ ਨਾਲ ਮੈਨੇ ਜ਼ਰੂਰ ਤੁਹਾਨੂੰ ਵਧਾਈ ਔਰ ਥੈਂਕ ਯੂ ਕਰਨ ਦੇ ਲਈ ਮੈਂ ਇਹ ਕਾਲ ਕਰ ਰਹੀ ਹਾਂ ਕਿ ਤੁਸੀਂ ਹੀ ਸਾਡੇ ਸ਼ਹਿਰ ਨੂੰ ਸੁਰੱਖਿਅਤ ਸਾਫ਼ ਰੱਖਿਆ ਔਰ ਤੁਹਾਡਾ ਹਾਲ ਚਾਲ ਪੁੱਛਣਾ ਚਾਹੁੰਦੀ ਹਾਂ ਮੈਂ, ਕੈਸੇ ਹੋ ਤੁਸੀਂ? ਸੁਰੇਸ਼ ਜੀ ਥੈਂਕ ਯੂ, ਇਹਨਾਂ ਨਾਲ ਮੈਂ ਗੱਲ ਕਰ ਸਕਦੀ ਹਾਂ? ਇਹ ਤੁਹਾਡਾ ਦਿਲੋਂ ਧੰਨਵਾਦ, ਤੁਹਾਡਾ ਤੁਹਾਡੀ ਟੀਮ ਦਾ ਔਰ ਮੇਰੇ ਖਿਆਲ 'ਚ ਮੇਅਰ ਸਾਹਿਬ ਨੇ ਔਰ ਕਮਿਸ਼ਨਰ ਪੂਨਮ ਜੀ ਨੇ ਬਹੁਤ ਵਧੀਆ ਇੱਕ ਟੀਮ ਪਟਿਆਲੇ ਦੀ ਇਕੱਠੀ ਕੀਤੀ ਹੈ ਔਰ ਅਸਲੀ ਸਾਡੇ ਲਈ ਤੁਸੀਂ ਹੀ ਹੋ ਜੋ ਸਭ ਕੁਛ ਹੈਗੇ ਹੋ। ਤੁਹਾਡਾ ਦਿਲੋਂ ਧੰਨਵਾਦ, ਕਰਾਓ ਕਰਾਓ ਕਰਾਓ। ਸਤਿ ਸ਼੍ਰੀ ਅਕਾਲ ਸਤਪਾਲ ਜੀ, ਕੀ ਹਾਲ ਹੈ ਤੁਹਾਡਾ? ਪਹਿਲੇ ਤਾਂ ਸਭ ਤੋਂ ਸਤਪਾਲ ਜੀ ਤੁਹਾਡਾ ਮੈਂ ਧੰਨਵਾਦ ਪੂਰਾ ਕਰ ਹੀ ਨਹੀਂ ਸਕਦੀ, ਜਿਸ ਤਰੀਕੇ ਦੇ ਨਾਲ ਤੁਸੀਂ ਉਹ ਏਰੀਆਸ 'ਚ ਜਾ ਕੇ ਹਰ ਇੱਕ ਏਰੀਆ 'ਚ ਜਾ ਕੇ ਸ਼ਹਿਰ ਦੇ ਵਿੱਚ ਤੁਸੀਂ ਸੈਨੇਟਾਈਜੇਸ਼ਨ ਕਰਵਾਈ ਔਰ ਤੁਹਾਡਾ ਜਿਹੜਾ ਹੈਂਡੀਕੈਪ ਹੈ ਇਹ ਮੇਰੇ ਖਿਆਲ 'ਚ ਸਾਡੇ ਸਾਰਿਆਂ ਨੂੰ ਸਿਖਾ ਦਿੱਤਾ ਕਿ ਅਸਲੀ ਕੰਮ ਕਰਨ ਦਾ ਜੇ ਕੋਈ ਮਨ ਬਣਾਏ ਤਾਂ ਕੋਈ ਨਹੀਂ ਰੋਕ ਸਕਦਾ। ਰੱਬ ਨੇ ਤੁਹਾਨੂੰ ਇਹ ਤਾਕਤ ਦਿੱਤੀ ਹੈ ਦੂਜਿਆਂ ਨਾਲੋਂ ਜ਼ਿਆਦਾ ਕਿ ਮੇਕਅਪ ਹੋਏ ਕਿ ਜਿਹੜਾ ਤੁਹਾਡਾ ਹੈਂਡੀਕੈਪ ਹੱਥ ਹੈ ਇਹ ਸਾਰੇ ਭੁੱਲਣ ਔਰ ਜੇ ਤੁਹਾਡੀ ਸਪਿਰਿਟ ਹੈ ਤੁਹਾਡਾ ਕੰਮ ਹੈ ਇਹ ਸਿਰ ਮੱਥੇ ਦੇ ਉੱਤੇ ਇਹਦੇ ਲਈ ਰੱਬ ਦਾ ਧੰਨਵਾਦ, ਤੁਹਾਡਾ ਧੰਨਵਾਦ। ਤੁਸੀਂ ਸਤਪਾਲ ਜੀ ਇੱਕ ਮਿੰਟ, ਆਈ ਹੋਪ ਕਿ ਤੁਹਾਡੇ ਘਰ ਬਾਰ ਦੇ ਵਿੱਚ ਸਾਰੇ ਠੀਕ ਠਾਕ ਨੇ? ਅੱਛਾ, ਇਹਦੇ ਬਾਅਦ ਜ਼ਰੂਰ ਮਿਲਾਂਗੇ, ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਮੈਂ ਤੁਹਾਡੇ ਨਾਲ ਆਹਮਣੇ ਸਾਹਮਣੇ ਬੈਠ ਕੇ ਆਪਾਂ ਗੱਲਬਾਤ ਕਰੀਏ ਔਰ ਤੁਹਾਡਾ ਮੈਂ ਪਰਸਨਲੀ ਧੰਨਵਾਦ ਕਰ ਸਕਾਂ। ਥੈਂਕ ਯੂ। ਹਾਂਜੀ, ਹਾਂਜੀ, ਥੈਂਕ ਯੂ।
ਸਤਿ ਸ਼੍ਰੀ ਅਕਾਲ ਸੋਨੀ, ਸਤਿ ਸ਼੍ਰੀ ਅਕਾਲ ਬੇਟਾ, ਕੀ ਹਾਲ ਹੈ ਤੁਹਾਡਾ? ਸੋਨੀ ਜੀ, ਤੁਹਾਡੀ ਉਮਰ ਕਿੰਨੀ ਹੈ? ਮੇਰੀ ਹੈਗੀ ਜੀ 44। ਚਲੋ, ਬਹੁਤ ਯੰਗ ਹੋ ਤੁਸੀਂ, ਹੱਲੇ ਪ੍ਰਾਈਮ 'ਚ ਹੈਗੇ ਹੈ। ਔਰ ਮੈਂ ਦਿਲੋਂ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੰਨੀ ਵਧੀਆ ਸਾਰੀ ਸਮਾਜ ਦੀ ਸੇਵਾ ਕੀਤੀ, ਜਿਸ ਨੂੰ ਤੁਸੀਂ ਆਪਣਾ ਪਰਿਵਾਰ ਮੰਨਿਆ। ਤੁਹਾਡੇ ਪਰਿਵਾਰ 'ਚ ਕਿੰਨੇ ਬੰਦੇ ਨੇ? ਮੇਰਾ ਛੋਟਾ ਬੱਚਾ ਜੀ, 6 ਮਹੀਨਿਆਂ ਦਾ। ਅੱਛਾ, ਰੱਬ ਉਹਨੂੰ ਲੰਬੀ ਉਮਰ ਦੇ। ਮੇਰੇ ਵੱਲੋਂ ਕੁਛ ਵੀ ਮੈਂ ਕਰ ਸਕਦੀ ਹਾਂ, ਮੈਨੂੰ ਜ਼ਰੂਰ ਦੱਸਣਾ। ਔਰ ਤੁਸੀਂ ਸੁਰੱਖਿਆ ਕਿਸ ਤਰ੍ਹਾਂ ਰੱਖ ਰਹੇ ਹੋ? ਬਾਹਰ ਤਾਂ ਤੁਸੀਂ ਜਾ ਰਹੇ ਹੋ, ਪਰ ਜਦ ਘਰ ਜਾਂਦੇ ਹੋ ਕੀ ਕਰਦੇ ਹੋ ਤੁਸੀਂ? ਸੁਰੱਖਿਆ ਹੈਂਜੀ? ਨਹੀਂ, ਤੁਹਾਡੇ ਘਰ ਤੁਸੀਂ ਜਾਂਦੇ ਹੋ ਫੈਮਿਲੀ ਨੂੰ ਮਿਲਣ ਤੋਂ ਪਹਿਲੇ, ਆਪਣਾ ਕਿਸ ਤਰ੍ਹਾਂ ਤੁਸੀਂ ਸੁਰੱਖਿਆ ਰੱਖਦੇ ਹੋ? ਅੱਛਾ, ਔਰ ਆਪ ਵੀ ਤੁਸੀਂ ਸਾਰੇ ਫਿਰ ਕੱਪੜੇ ਕੁਪੜੇ ਬਦਲ ਕੇ ਅੰਦਰ ਜਾਂਦੇ ਹੋ ਕਿ ਕੈਸੇ? ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਊਗਾ, ਕਿਉਂਕਿ ਤੁਸੀਂ ਸਾਰਾ ਬਾਹਰ ਦਾ ਕੰਮ ਕਰ ਰਹੇ ਹੋ ਜਿੱਥੇ ਇਨਫੈਕਸ਼ਨ ਹੈਗੀ ਹੈ। ਔਰ ਘਰ ਅੱਜ ਤੱਕ ਤੁਸੀਂ ਆਪਣਾ ਘਰ ਵੀ ਸੁਰੱਖਿਅਤ ਰੱਖਿਆ ਔਰ ਸਮਾਜ ਨੂੰ ਵੀ ਸੁਰੱਖਿਅਤ ਰੱਖਿਆ। ਅਸਲੀ ਜੋ ਲੀਡਰੀ ਦਿਖਾਈ ਹੈ ਤੁਸੀਂ ਦਿਖਾਈ ਹੈ ਸੋਨੀ ਜੀ, ਤੁਹਾਡਾ ਬਹੁਤ ਧੰਨਵਾਦ। ਔਰ ਤੁਹਾਡੀ ਸਾਰੀ ਟੀਮ ਦਾ, ਮੈਂ ਤਾਂ ਤੁਹਾਡੇ ਦੋ ਜਣਿਆਂ ਨਾਲ ਗੱਲ ਕੀਤੀ ਹੈ, ਮੇਰੇ ਵੱਲੋਂ ਸਾਰੀ ਟੀਮ ਨੂੰ, ਤੁਸੀਂ ਸੁਰੇਸ਼ ਜੀ ਸਾਰੀ ਟੀਮ ਨੂੰ ਮੇਰੇ ਵੱਲੋਂ ਦਿਲੋਂ ਸਭ ਦਾ ਧੰਨਵਾਦ। ਔਰ ਪਿੱਛੋਂ ਸਪੈਸ਼ਲੀ ਅਸੀਂ ਸਾਰੇ ਇਕੱਠੇ ਹੋ ਕੇ ਬੈਠ ਕੇ ਇੱਕ ਦੂਜੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕਰਾਂਗੇ। ਅਸਲੀ ਜਿਹੜੇ ਫਰੰਟ ਲਾਈਨ ਕਰੋਨਾ ਵਾਰੀਅਰਸ ਕਹਿੰਦੇ ਹੈ ਸਾਡੇ ਲਈ, ਪਟਿਆਲੇ ਲਈ, ਤੁਸੀਂ ਹੋ। ਥੈਂਕ ਯੂ ਸੁਰੇਸ਼, ਤੁਹਾਨੂੰ, ਤੁਹਾਡੇ ਟੀਮ ਨੂੰ ਥੈਂਕ ਯੂ। ਸੁਖੀ ਰਹੋ, ਰਾਜੀ ਰਹੋ। ਟੀ5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।